ਬਿਨਾਂ ਸਖੀਆਂ ਦੇ ਡਰ ਤੇ ਕਮੀ ਕਿਸੇ ਗੱਲ ਦੀ ਨਹੀਂ ਹੁੰਦੀ। ਇਹ ਸਰਕਾਰਾਂ ਦੀ ਇਹ ਡਿਊਟੀ, ਇਹ ਸਰਕਾਰਾਂ ਦੀ ਹਾਜ਼ਰੀ ਹੈ। ਕੋਈ ਕਿਸੇ ਢੰਗ ਨਾਲ ਦੇ ਰਿਹਾ, ਕੋਈ ਕਿਸੇ ਢੰਗ ਨਾਲ। ਤੇ ਦੇਖੋ ਮੀਰਾਂ ਪਾਕ ਦੀਆਂ ਕਿੰਨੀਆਂ ਰੌਣਕਾਂ ਲੱਗੀਆਂ ਨੇ। ਤੇ ਜਿਹੜੇ ਜਿਹੜੇ ਵੀ ਇਸ ਸਾਈ ਦੇ ਮੰਨਣ ਵਾਲੇ ਨੇ ਤੇ ਇਹਦੇ ਕੋਲੋਂ ਮੰਗਣ ਵਾਲੇ ਨੇ, ਕਮੀ ਕਿਸੇ ਗੱਲ ਦੀ ਨਹੀਂ ਆ। ਮੀਰਾਂ ਪਾਕ ਦੇ ਘਰ ਸਾਇਆ ਪੈਠ ਦੇ ਵਿੱਚ ਲਾਗੀ ਜਾ ਕੇ, ਮੀਰਾ ਪਾਕ ਦੇ ਘਰ ਉੱਤੇ ਆ ਕੇ, ਸਾਇਆ ਪੈਠ ਦੇ ਵਿੱਚ ਲਾਗੀ ਜਾ ਕੇ, ਜੋ ਮੰਗਣਾ ਹੀ ਮੰਗ ਸਜਣਾ, ਅਲੀ ਨਬੀ ਦਾ ਤੂੰ ਵਾਸਤਾ ਪਾ ਕੇ, ਜੋ ਮੰਗਣਾ ਹੀ ਮੰਗ ਸਜਣਾ, ਲਾਇਆ ਰਹਿਮ ਚੰਦ ਹਰ ਪਾਸੇ ਦੇਣਾ, ਲਾਇਆ ਰਹਿਮ ਚੰਦ ਹਰ ਪਾਸੇ ਦੇਣਾ, ਅਲੀ ਨਬੀ ਦਾ ਤੂੰ ਵਾਸਤਾ ਪਾ ਕੇ, ਜੋ ਮੰਗਣਾ ਹੀ ਮੰਗ ਸਕਦਾ, ਜੋ ਮੰਗਣਾ ਹੀ ਮੰਗ ਸਕਦਾ, ਸਰਕਾਰ ਦੇ ਘਰ ਉੱਤੇ ਆ ਕੇ। ਇਹਦੇ ਇਸ਼ਕ ਦੀ ਹਸਤੀ ਲਟਾ ਕੇ, ਇਹਦੇ ਇਸ਼ਕ ਦੀ ਹਸਤੀ ਲਟਾ ਕੇ, ਤੂੰ ਕਰ ਦਮ ਲੰਘ ਸਕਦਾ, ਅਲੀ ਨਬੀ ਦਾ ਤੂੰ ਵਾਸਤਾ ਪਾ ਕੇ, ਜੋ ਮੰਗਣਾ ਹੀ ਮੰਗ ਸਕਦਾ, ਜੋ ਮੰਗਣਾ ਹੀ ਮੰਗ ਸਕਦਾ, ਮੇਰਾ ਪਾਕ ਤਾਰੀ ਉੱਤੇ ਆ ਕੇ, ਮੇਰਾ ਪਾਕ ਤਾਰੀ ਉੱਤੇ ਆ ਕੇ।
ਲਜੀਓ ਤੁਹਾਡੀ ਖਿਦਮਤ ਦੇ ਵਿੱਚ ਸਾਡੇ ਆਮਣ ਵਾਲੇ ਮਹਿਮਾਨ ਫਨਕਾਰ ਇਹ ਤੁਹਾਡੀ ਮੁਹੱਬਤ ਦੇ ਸਾਂਝਾਂ ਦੀ ਕਰਮ ਨਵਾਜ਼ੀ ਹੈ ਕਿ ਮੈਂ ਉਹਨਾਂ 60-62 ਸਾਲ ਉਮਰ ਹੋ ਗਈ ਤਾਂ ਅਜੇ ਵੀ ਮੇਰੀ ਸਰਕਾਰ ਹਾਜ਼ਰੀ ਕਬੂਲ ਕਰ ਲੈਂਦੇ ਅਤੇ ਸਾਡੇ ਜ਼ੇਰ ਮਤਾਂ ਵਾਲੇ ਤੁਸੀਂ ਬੜੇ ਕਿਸ਼ਤਾਂ ਦੇ ਵਿੱਚ ਵੀ ਸੁਣਦੇ ਜੇ ਇਹ